ਤੁਸੀਂ ਪੜ੍ਹਨਾ ਹੈ। ਅੱਛਾ ਅਲੀ ਸ਼ਿਰਾਜ਼ ਸਾਹਿਬ, ਬਸ ਸਿਰਫ ਪੰਜ ਮਿੰਟ ਕੇ ਲੀਏ, ਔਰ ਇਨਕੇ ਫੌਰਨ ਬਾਅਦ ਜਨਾਬ ਆਮਰ ਇਫਤਖਾਰ ਤਾਰੜ ਸਾਹਿਬ, ਔਰ ਉਨਕੇ ਫੌਰਨ ਬਾਅਦ ਕਾਰੀ ਉਲਕ ਸਾਹਿਬ, ਚੈਨ ਚੈਕ ਸਾਹਿਬ, ਜ਼ਾਕਰ ਅਲ ਬੈ ਜਨਾਬ ਮੀਰ ਹੁਸੈਨ ਜਾਫਰੀ ਸਾਹਿਬ ਮਿੰਬਰ ਪੇ ਤਸ਼ਰੀਫ ਫਰਮਾਏ, ਵੋ ਖਿਤਾਬ ਫਰਮਾਏਗੇ। ਦੁਆ ਬਰਾਏ ਹੁਜਤ ਖੁਦਾ, ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅੱਲਾਹੁਮਾ ਕੁੱਲੇ ਵਲੀ ਕਲ ਹੁਜਤ ਬਿਨ ਅਲ ਹਸਨ ਅਲੈਹਿ ਸਲਾਮ ਸਲਵਾਤੁਕਾ ਅਲੈਹਿ ਵਅਲਾ ਅਬਾਇਹਿ ਫੀ ਹਾਜ਼ਿਹਿ ਸਾਅਤਿ ਵਫੀ ਕੁੱਲਿ ਸਾਅਤ ਵਲੀਯੰ ਵਹਾਫਿਜ਼ੰ ਵਕਾਇਦੰ ਵਨਾਸਿਰੰ ਵਦਲੀਲੰ ਵਅਨਾ ਹਤਾ ਤੁਸਕਿਨਹੁ ਵਰਜ਼ਕਾ ਤੌਵਨ ਵਤਮਤਿਅਹੁ ਫੀਹਾ ਤਵੀਲਾ। ਯਾ ਰੱਬ ਮੁਹੰਮਦ ਵਅਲ ਮੁਹੰਮਦ, ਸੱਲ ਅਲਾ ਮੁਹੰਮਦ ਵਅਲ ਮੁਹੰਮਦ, ਵਾਜਿਲ ਫਰਜ ਆਲ ਮੁਹੰਮਦ, ਬੁਲੰਦ ਸਲਵਾਤ ਹਾਂਦਨ ਜ਼ਹਰਾ। ਫਿਰ ਵੀ ਬਾਵਾਜ਼ ਬੁਲੰਦ ਸਲਵਾਤ ਹਾਂਦਨ ਜ਼ਹਰਾ। ਚਾਰ ਸਤਰਾਂ ਜਨਾਬ ਦੇ ਹਵਾਲੇ ਕਰ ਲਗਾ, ਆਪਣਾ ਸਮਝ ਕੇ ਬੇਸ਼ੱਕ ਨਾ ਬੋਲਿਆ ਜੀ। 10 ਮਿੰਟ ਵਾਸਤੇ ਮੌਲਾ ਦੀ ਬਾਰਗਾਹ 'ਚ ਡਿਊਟੀ ਲਵਾਉਣ ਵਾਸਤੇ ਆਇਆ। ਮੈਂ ਪੈਦਾ ਇਹ ਹੁਸਨ ਅਜ਼ਲ ਜਹਾਂ ਜਹਾਂ ਰਹਿਮਤ ਕੁੱਲ ਹੈ, ਜਿਹੜਾ ਜਸ਼ਨ ਮਨਾਵਣ ਆਏ ਬੈਠਾ ਉਸ ਬੰਦੇ ਨਾਲ ਗੱਲ। ਮੈਂ ਪੈਦਾ ਇਹ ਹੁਸਨ ਅਜ਼ਲ ਜਹਾਂ ਜਹਾਂ ਰਹਿਮਤ ਕੁੱਲ ਹੈ, ਤਹਿਲੀਕ ਮੁਹੰਮਦ ਪੇ ਖੁਦਾ ਝੂਮ ਰਹਾ ਹੈ, ਤਹਿਲੀਕ ਮੁਹੰਮਦ ਪੇ ਖੁਦਾ ਝੂਮ ਰਹਾ ਹੈ। ਕਹਤੇ ਹੈ ਬਣਾ ਕਰ ਕਲਮ ਵੋ ਤੋੜ ਦਿਆ ਥਾ, ਤੋੜਾ ਨਹੀਂ ਅਬ ਤੱਕ ਕਲਮ ਚੂਮ ਰਹਾ ਹੈ। ਬੜੀ ਮਿਹਰਬਾਨੀ, ਜ਼ਿੰਦਾ ਸਲਾਮਤ ਰਹੋ। ਨਬੀਆਂ ਦੇ ਸੁਲਤਾਨ ਨਬੀ ਦੀ ਹਦੀਸ ਹੈ ਕਿ ਹੁਸੈਨ ਮਿੰਨੀ ਆ ਨਾ ਮਿਨਲ ਹੁਸੈਨ, ਕਿ ਹੁਸੈਨ ਮੇਰੇ 'ਚ, ਮੈਂ ਹੁਸੈਨ 'ਚ ਹੂੰ। ਇੱਕ ਨਾਤ ਮੌਲਾ ਹੁਸੈਨ ਬਾਦਸ਼ਾਹ ਦੀ ਅਜ਼ਮਤ ਦੀ, ਉਸ ਤੋਂ ਬਾਅਦ ਇੱਕ ਹੋਰ ਨਾਤ, ਜੇ ਦਿਲ ਕੀਤਾ ਤਾਂ ਇੱਕ ਹੋਰ, ਤਾਂ ਫਿਰ ਬਤਾਲਵੇ ਦੋ। ਹੁਸੈਨ ਐਸਾ, ਪੂਰੀ ਤਵੱਜੋ, ਹੁਸੈਨ ਐਸਾ ਅਜ਼ੀਮ ਕਾਰੀ ਹੈ, ਹੁਸੈਨ ਐਸਾ ਅਜ਼ੀਮ ਕਾਰੀ ਹੈ, ਬਿਨ ਬਦਨ ਕੇ ਕੁਰਾਨ ਜਾਰੀ ਹੈ। ਇਹਨਾਂ ਹੱਥਾਂ ਦੀ ਖੈਰ ਹੋਵੇ, ਇਹਨਾਂ ਹੱਥਾਂ ਦੀ ਖੈਰ ਹੋਵੇ। ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਜ਼ਿੰਦਗੀਆਂ ਦਰਾਜ਼ ਹੋ ਨੇ ਬਈ। ਮੈਂ ਸਮਝਿਆ ਬਈ ਚੁੱਪ ਕਰਕੇ ਬੈਠੇ, ਹਾਲ ਖੋਲਾਇਓ, ਕੋਈ ਮਸਲਾ ਨਹੀਂ, ਤਵੱਜੋ ਕਰਨੀ ਹੈ। ਹੁਸੈਨ ਐਸਾ ਅਜ਼ੀਮ ਕਾਰੀ ਹੈ, ਬਿਨ ਬਦਨ ਕੇ ਕੁਰਾਨ ਜਾਰੀ ਹੈ, ਹਾਂ ਬਿਨ ਬਦਨ ਕੇ ਕੁਰਾਨ ਜਾਰੀ ਹੈ। ਪਹਿਲਾ ਸ਼ੇਰ ਦੁਆ ਲੈਣ ਦੀ ਖਾਤਰ। ਬਾਬਾ ਤਨਵੀਰ ਸ਼ਾਹ ਜੀ, ਦਾਦ ਵੀ ਲੈਣੀ ਹੈ, ਦੁਆ ਵੀ ਲੈਣੀ। ਦੇਖ ਇੱਕ ਬਰ ਹੁਸੈਨ ਕਹਿਣ ਲਗੇ, ਦੇਖ ਇੱਕ ਬਰ ਹੁਸੈਨ ਕਹਿਣ ਲਗੇ, ਨਾਨਾ ਤੇਰੀ ਤਸਵੀਰ ਤੁਝ ਬਿਵਾਰੀ ਹੈ, ਬਿਨ ਬਦਨ ਕੇ ਕੁਰਾਨ ਜਾਰੀ ਹੈ। ਯਾ ਅਲੀ ਅਲੈਹਿ ਸਲਾਤੁ ਵਸਲਾਮ। ਬਾਬਾ ਜੀ, ਦੋਸਤਾਂ ਨੱਸਦੇ ਰਹਿੰਦੇ ਨੇ, ਯਾਰ ਤੂੰ ਜਾਨ ਵੀ ਮੰਗ, ਤੁਸੀਂ ਜਾਨ ਤੇਰੇ 'ਤੇ ਵਾਰ ਛੜਾਂਗੇ, ਤੂੰ ਮੰਗ ਦੱਸੇ। ਸ਼ੇਰ ਪੜਾ ਲਗਾ, ਜਾਨ ਪੇ ਜਾਨ ਲੋਕ ਦੇਤੇ ਹੈ, ਜਾਨ ਪੇ ਜਾਨ ਲੋਕ ਦੇਤੇ ਹੈ, ਨਾਨਾ ਇਸ ਲਈ ਜਾਨ ਤੁਝ ਬਿਵਾਰੀ
है बिन बदन के कुरान जारी है। नारा हैदरी आखिरी शेर वजी आखिरी सरहदे दीन पर उस बंदे नाल गल जिन्हां दे घर दे आलमे अब्बास लगे आ वह बंदा बोले दूए बंदे नाल गल ही नहीं। सरहदे दीन पर खुदा की कसम सरहदे दीन पर खुदा की कसम अल्म वाले की पहरादारी है मिल बदन के कुरान जारी है। नारा हैदरी सलवात पढ़ो हांदा ने जहरात इजाजत है जी पढ़िए ना इजाजत है ना जी एक सुनारा सुनाओ तो मैं जनाब ना सुनाऊ जड़ी है ना ये चुप करके सुनने वाली नहीं ये बोलना तुसा मेरे नाल पढ़ो सल्ले अल्लाह सारे जिक्र सोना बयां होवे पढ़ो सल्ले सलामत रहो वसते रहो। वाह जी वाह युवाना साहब छा गए बड़ी मेहरबानी जिंदा हो सलामत रहो वसते रहो। सदर तुहाड़े हवाले करना चाहना नबी दी नात कौन कौन सुनदा बाबा जी इन्हां विच नजर कौन जी पी आउंदा बड़ी मेहरबानी जिंदा सलामत रहो वसते रहो। सदर थोड़े हवाले कर लगा हलालियां मवालियां दा मजमा है कि मैं भाई पढ़ो सल्ले अल्लाह सारे जिक्र सोना कौन कौन सुनता है कौन कौन मनांदा है सदर तुहाड़े हवाले कर लगा जान के भाई दो आलम विच खुदाई मुस्तफा दी नात सुन दी है दो आलम विच खुदाई मुस्तफा दी नात सुन दी है सिर्फ
آخری جی اجازت ہے جی بس آخری کوئی گل اسی تکڑے ہیں ایک نعرہ سناؤ علی دے نام دا میں جناب نو نعرہ سناؤں گا ایک نعت ہو جناب نو سنائیے سارے دی مرضی ہے بس آخری 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 بابا جی تسی نہ پریشان ہو کیتا یار نے ہاں کی نہ کیتا یار نے ایک یار واسطے کی نہ کیتا یار نے ایک یار واسطے کی نہ کیتا یار نے ایک یار واسطے کی نہ کیتا یار نے یار واسطے کی نہ کیتا یار نے یار واسطے رب میں فلا سجائیاں نے سرکار واسطے رب میں فلا سجائیاں نے سرکار واسطے تن چھٹی رب میں فلا سجائیاں نے سرکار واسطے رب میں فلا سجائیاں نے سرکار واسطے گل سڑے سننی بھیراوا کی لاؤڈ سپیکر کھلو کے میلاد کھلو کے انہیں آخے کی نہ کیتا یار نے ایک یار واسطے رب محفل سجائیاں نے سرکار واسطے جا سارے گل ملنگ پھرا نے سنی علی علی کردہ مین چوک چا کے المے عباس نو ہاتھ جناب کے مسکرا کے آ دے سنیا بھیراوا دے گل کی کی نہ کیتا یار نے ایک یار واسطے رب محفل سجائیاں نے سرکار واسطے آؤ میں بھی گل کرنا چاہنا دھمال پا کے مسکرا کے آ دے دو بنی حیدر تو انکار واسطے شکر 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 بولے حیدری بڑی مہربانی زندہ و سلامت رہو جڑے بولے ہو میرے واسطے لکھ بڑی مہربانی زندہ و سلامت رہو دوزخ بنی حیدر تو انکار واسطے دوزخ بنی حیدر تو انکار واسطے دوزخ بنی حیدر تو انکار واسطے جنت بنی شبیر دے حبدار 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 واسطے رب ہتھ بنائے مات میں شبیر واسطے رب ہتھ بنائے مات میں شبیر واسطے اکھیاں بنایاں مہدی دے دیدار 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 واسطے نہیں 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 میں پیاندا جے کر جلوا توحید دا ویکھنے پردا میم دا زارا ہٹا کے ویکھ انہاں وچ توحید نے لائے ڈیرے سارا اپنا ایتھے جھکا کے ویکھ او دعا دے نبی میرے جے آ گرے بان اندر چھاتی پا کے ویکھ میرے نبی نے عرض تجھ نے چن لایا تو چڑی بن رے توڑا کے ویکھ دوست بنایا مہدی دے دیدار واسطے اکھیاں بنایا مہدی دے دیدار بابا تنویر شاہ جی دعا بنایا مہدی دے دیدار واسطے معیار وچ انسان تو حیوان ودھ گیا معیار وچ انسان تو حیوان ودھ گیا
ज़ारा ने रहवार वास्ते झोली बनाई ज़ारा ने रहवार वास्ते। बोलो बोलो सही सरदार कलंदर मस्त अली। अच्छा